ਦੁਕਾਨ ਦੇ ਅੱਗੇ ਹੀ ਜਿੱਥੇ ਬਾਹਰੀ ਬੈਠੇ ਜਰ ਮੈਂ ਦੋ ਮੁੰਡੇ ਹੋਰੀ ਮੇਰੇ ਨਾਲ ਬੈਠੇ ਨੇ ਜਿਹੜੇ ਮੇਰੇ ਕੋਲ ਕੰਮ ਕਰਦੇ ਲੇਬਰ ਵਾਲੇ। ਹਾਂਜੀ ਹਾਂਜੀ ਮੌਕੇ ਦੀ ਜੀ। ਇਸ ਸਮੇਂ ਦੀ ਵੱਡੀ ਖਬਰ ਤੁਹਾਨੂੰ ਦੱਸਣ ਜਾ ਰਹੇ ਹਾਂ। ਸੁਜਾਨਪੁਰ ਦੇ ਪੁਲ ਨੰਬਰ 4 ਤੇ ਉਸ ਸਮੇਂ ਵੱਡਾ ਹਾਦਸਾ ਵਾਪਰਿਆ ਜਦੋਂ ਇੱਕ ਟਰੱਕ ਦੀ ਕਾਰ ਦੇ ਨਾਲ ਟੱਕਰ ਵੱਜਣ ਕਾਰਨ ਜਿਹੜਾ ਇਹ ਮਿਠਾਈ ਦੀ ਦੁਕਾਨ ਦੇ ਅੰਦਰ ਜਾ ਵੱਜਿਆ। ਸੁਜਾਨਪੁਰ ਦੇ ਪੁਲ ਨੰਬਰ 4 ਤੋਂ ਇਸ ਸਮੇਂ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਵੱਡਾ ਹਾਦਸਾ ਵਾਪਰਿਆ ਜਦੋਂ ਇੱਕ ਟਰੱਕ ਦੀ ਕਾਰ ਨੂੰ ਜਿਹੜੀ ਹੈ ਟੱਕਰ ਮਾਰ ਕੇ ਮਿਠਾਈ ਦੀ ਦੁਕਾਨ ਦੇ ਅੰਦਰ ਜਾ ਵੱਜਿਆ, ਜਿਸ ਕਾਰਨ ਕਾਰ 'ਚ ਸਵਾਰ ਮਾਂ ਪੁੱਤਰ ਜਿਹੜੇ ਨੇ ਉਹ ਜ਼ਖਮੀ ਹੋ ਗਏ ਨੇ, ਜਦਕਿ ਮਿਠਾਈ ਦੀ ਦੁਕਾਨ 'ਤੇ ਵੀ ਇੱਕ ਵਿਅਕਤੀ ਜਿਹੜਾ ਹੈ ਉਹ ਜ਼ਖਮੀ ਹੋ ਗਿਆ। ਪਰ ਜ਼ਖਮੀਆਂ ਨੂੰ SSF ਦੀ ਟੀਮ ਵੱਲੋਂ ਜਿਹੜਾ ਹੈ ਉਹ ਹਸਪਤਾਲ ਪਹੁੰਚਾਇਆ ਗਿਆ। ਇਸ ਸਮੇਂ ਦੀ ਵੱਡੀ ਖਬਰ ਤੁਹਾਨੂੰ ਦਿਖਾ ਰਹੇ ਹਾਂ, ਤਸਵੀਰਾਂ ਤੁਹਾਡੇ ਸਕਰੀਨ 'ਤੇ ਲਗਾਤਾਰ 7C ਨਿਊਜ਼ ਤੁਹਾਨੂੰ ਦਿਖਾ ਰਿਹਾ ਹੈ। ਬ੍ਰੇਕਿੰਗ ਨਿਊਜ਼ ਇਸ ਸਮੇਂ ਦੀ ਤੁਹਾਨੂੰ ਦੱਸ ਰਿਹਾ, ਪੁਲ ਨੰਬਰ 4 ਤੋਂ ਸੁਜਾਨਪੁਰ ਦੇ ਇਸ ਸਮੇਂ ਦੀ ਵੱਡੀ ਖਬਰ ਆ ਰਹੀ ਹੈ ਜਿੱਥੇ ਇੱਕ ਟਰੱਕ ਜਿਹੜਾ ਹੈ ਕਾਰ ਦੇ ਨਾਲ ਟੱਕਰ ਵੱਜਣ ਕਾਰਨ ਮਿਠਾਈ ਦੀ ਦੁਕਾਨ 'ਤੇ ਜਾ ਵੱਜਿਆ। ਮਾਂ ਪੁੱਤਰ ਜਿਹੜੇ ਨੇ ਉਹ ਜ਼ਖਮੀ ਹੋ ਗਏ ਨੇ। SSF ਦੀ ਟੀਮ ਵੱਲੋਂ ਜਿਹੜਾ ਜ਼ਖਮੀਆਂ ਨੂੰ ਹਸਪਤਾਲ ਵਿੱਚ ਪਹੁੰਚਾਇਆ ਗਿਆ। ਮੈਂ ਦੁਕਾਨ ਦੇ ਅੰਦਰ ਬੈਠਾ ਸੀ, ਮੈਂ ਆਪਣਾ ਕੰਮ ਕਰਿਆ ਸੀ, ਇੱਧਰੋਂ ਵੀ ਰੋਡ ਵੱਲੋਂ ਆਇਆ ਟਰੱਕ ਨਾਲ, ਪੀਤੀ ਬੜੀ ਸ਼ਰਾਬ ਪੀਤੀ, ਮੇਰੇ ਬੋਤਲਾਂ ਵੀ ਨਿਕਲੀਆਂ, ਮੇਰੇ ਕੋਲ ਬ੍ਰੇਕ ਲੱਗੀ, ਸਿੱਧਾ ਅੰਦਰ ਬਾਹਰ ਕਾਰ ਵਾਲੇ ਵੀ ਰੋਕਿਆ ਜੀ। ਇੱਕ ਟਰੱਕ ਕਿੱਧਰੋਂ ਆਇਆ ਸੀ? ਇੱਧਰੋਂ ਮਾਧੋਪੁਰ ਵੱਲੋਂ ਜੀ। ਕਿੰਨਾ ਕੁ ਹਾਦਸਾ ਹੋਇਆ ਜੀ? ਨੁਕਸਾਨ ਮੇਰਾ ਜੀ 3 ਲੱਖ ਦਾ ਨੁਕਸਾਨ ਘੱਟੋ ਘੱਟ ਹੋ ਗਿਆ। ਮੈਂ ਦੁਕਾਨ ਦੇ ਅੱਗੇ ਹੀ ਜਿੱਥੇ ਬਾਹਰੀ ਬੈਠੇ ਸੀ, ਮੈਂ ਦੋ ਮੁੰਡੇ ਹੋਰੀ ਮੇਰੇ ਨਾਲ ਬੈਠੇ ਨੇ ਜਿਹੜੇ ਮੇਰੇ ਕੋਲ ਕੰਮ ਕਰਦੇ ਲੇਬਰ ਵਾਲੇ। ਹਾਂਜੀ ਹਾਂਜੀ ਮੌਕੇ 'ਤੇ ਜੀ ਇੱਥੇ ਜੀ। ਪ੍ਰਸ਼ਾਸਨ ਉਹੀ ਮੰਗ ਰਹੇ ਜਿਹੜੇ ਟਰੱਕ ਸ਼ਰਾਬ ਪੀ ਕੇ ਚਲਾਉਂਦੇ ਹੁੰਦੇ, ਨਕੇਲ ਰੱਸੀ ਆਏ, ਬਸ ਤੋਂ ਨੁਕਸਾਨ ਹੋਇਆ ਮੈਨੂੰ ਦਿੱਤਾ ਜੇ। ਮਤਲਬ ਇਹ ਕਿ 4 ਨੰਬਰ ਨੈਸ਼ਨਲ ਹਾਈਵੇ ਦੇ ਉੱਤੇ ਇੱਕ ਬਹੁਤ ਵੱਡੀ ਮਨਪਾ ਜਿਹੜੀ ਘਟਨਾ ਹੋਈ ਹੈ ਕਿ ਇੱਕ ਟਰੱਕ ਹੈ ਉਹ ਹਾਈਵੇ ਤੋਂ ਚੱਲਦਾ ਓਵਰ ਸਪੀਡ 'ਚ ਹੀ, ਉਹ ਆ ਕੇ ਸਿੱਧੇ ਜਿਹੜੀ 4 ਨੰਬਰ ਰੋਡ ਦੇ ਕੰਨੇ ਇੱਕ ਦੁਕਾਨ ਹੈ ਹਲਵਾਈ ਦੀ, ਉਹਦੇ ਅੰਦਰ ਸਿੱਧਾ ਹੀ ਆ ਗਿਆ। ਉਹਦੇ ਨਾਲ ਉਹਦਾ ਦੁਕਾਨਦਾਰ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ, ਉਹਦਾ ਕਾਊਂਟਰ ਟੁੱਟ ਗਿਆ, ਉਹਦੀ AC ਕਾਊਂਟਰ ਹੈ ਉਹ ਵੀ ਟੁੱਟਿਆ, ਉਹਦੇ ਆਪਣੇ ਵੀ ਸੱਟਾਂ ਲੱਗੀਆਂ। ਤੇ ਮੈਂ ਇੱਕ ਦੇਖਿਆ ਕਿ ਉਹਦੇ ਵਿੱਚ ਇੱਕ ਖਾਲੀ ਸ਼ਰਾਬ ਦੀ ਬੋਤਲ ਵੀ ਨਿਕਲੀ ਹੈ। ਮੇਰੀ ਇੱਕ ਬੇਨਤੀ ਹੈ ਕਿ ਪਹਿਲੇ ਡਾਕਟਰ ਦਾ ਜਿਹੜਾ ਡਰਾਈਵਰ ਹੈ ਉਹਦਾ ਮੈਡੀਕਲ ਵੀ ਕਰਵਾਇਆ ਜਾਵੇ, ਤੇ ਗਰੀਬ ਜਿਹੜਾ ਦੁਕਾਨਦਾਰ ਹੈ ਵਿਚਾਰਾ ਉਹਦਾ ਵੀ ਜਿਹੜਾ ਮੁਆਵਜ਼ਾ ਜਿਹੜਾ ਦਿੱਤਾ ਜਾਵੇ, ਉਹ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਜਿਹੜਾ ਉਹਦਾ ਨੁਕਸਾਨ ਹੈ ਉਹ ਤੇ ਭਰਪਾਈ ਹੋਵੇ। ਤੇ ਉਹਦਾ ਇੱਥੇ ਸਭ ਤੋਂ ਵੱਡੀ ਗੱਲ ਕਹਿੰਦੇ ਚੁਰਸਤੇ ਜਿਹੜਾ ਚੁਰਾਹਾ ਹੈ ਨੈਸ਼ਨਲ ਹਾਈਵੇ ਦੇ ਉੱਤੇ, ਇਹਦੇ ਉੱਤੇ ਮੇਰੀ ਸਰਕਾਰ ਦੇ ਅੱਗੇ ਬੇਨਤੀ ਹੈ, ਪ੍ਰਸ਼ਾਸਨ ਦੇ ਅੱਗੇ ਬੇਨਤੀ ਹੈ ਕਿ ਇਹਦੇ ਤੇ ਪੁਲਿਸ ਪ੍ਰਸ਼ਾਸਨ ਜਿਹੜਾ ਇੱਥੇ ਹੋਣਾ ਚਾਹੀਦਾ, ਆਵਾਜਾਈ ਦਾ ਜੋ ਕੰਟਰੋਲ ਹੀ ਕੋਈ ਨਹੀਂ, ਗੱਡੀਆਂ ਆ ਰਹੀਆਂ ਜਾ ਰਹੀਆਂ ਕੋਈ ਪੁੱਛਗਿੱਛ ਨਹੀਂ। ਔਰ ਅਸੀਂ ਬਹੁਤ ਵਾਰ ਬੇਨਤੀ ਕੀਤੀ ਹੈ ਕਿ ਇਹਨਾਂ ਦੇ ਉੱਤੇ ਬੈਰੀਕੇਡ ਲਗਾਏ ਜਾਣ ਤਾਂ ਜੋ ਜਿਹੜੇ ਓਵਰ ਸਪੀਡ ਟਰੱਕ ਚੱਲਦੇ ਆ ਉਹ ਸਲੋ ਚੱਲਣ, ਜਨਤਾ ਕ੍ਰਾਸ ਕਰਨਾ ਜਾਂ ਲੋਕਾਂ ਨੇ ਪੈਦਲ ਕ੍ਰਾਸ ਕਰਨਾ ਹੋਵੇ, ਛੋਟੇ ਛੋਟੇ ਬੱਚੇ ਕ੍ਰਾਸ ਕਰਦੇ ਆ, ਆਉਂਦੇ ਆ ਜਾਂਦੇ ਆ ਸਕੂਲ ਤੋਂ ਆਉਂਦੇ ਜਾਂਦੇ ਆ, ਇੱਥੇ ਸਰਕਾਰ ਦਾ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਆ। ਇੱਥੇ ਜਿਹੜੇ ਕੈਮਰੇ ਵੀ ਲੱਗੇ ਆ ਉਹ ਵੀ ਕੈਮਰੇ ਹਲੇ ਬੰਦ ਪਏ ਆ, ਟੁੱਟੇ ਪਏ ਆ, ਸਰਕਾਰ ਨੇ ਕੈਮਰੇ ਲਵਾਏ ਆ ਸਿਰਫ ਦੱਸਣ ਵਾਸਤੇ ਕਿ ਇੱਥੇ ਕੈਮਰੇ CC ਕੈਮਰੇ ਲੱਗੇ। ਮੈਂ ਥੋੜੀ ਦੇਰ ਬਾਅਦ ਚ ਆਇਆ, ਸਵਾਰੀਆਂ ਗੱਡੀ ਦੇ ਡਰਾਈਵਰ ਦੇ ਵੀ ਸੱਟਾਂ ਲੱਗੀਆਂ, ਟਰੱਕ ਦੇ ਡਰਾਈਵਰ ਨੂੰ ਵੀ ਸੱਟਾਂ ਲੱਗੀਆਂ। ਹਾਦਸੇ ਦੀ ਹਾਲ ਲਗਾਤਾਰ ਹਾਦਸੇ ਹੁੰਦੇ ਰਹਿੰਦੇ, ਮਗਰ ਹਾਦਸੇ ਹੁੰਦੇ ਪ੍ਰਸ਼ਾਸਨ ਥੋੜੀ ਦੇਰ ਆਉਂਦਾ ਗੱਲਾਂ ਬਾਤਾਂ ਕਰਦਾ ਚੱਲ ਜਾਂਦਾ, ਐਸੇ ਕਿਹੜਾ ਧਿਆਨ ਨਹੀਂ ਹੈਗਾ ਕਿ ਅਸੀਂ ਇੱਥੇ ਕੋਈ। ਮੈਂ ਬਾਰ ਬਾਰ ਮੈਂ ਕਿਹਾ ਕਿ ਇੱਥੇ ਬੈਰੀਕੇਡ ਲਗਵਾਏ ਜਾ, ਕੋਈ ਨੀ ਸੁਣਦਾ, ਸਭ ਬਸ ਗੱਲਾਂ ਕਰਦੇ ਆਏ ਨਿਕਲ ਜਾਂਦੇ, ਅੱਜ ਐਕਸੀਡੈਂਟ ਹੋਇਆ
ਥੋੜੀ ਬਹੁਤੀਆਂ ਗੱਲਾਂ ਹੋਣੀਆਂ, ਪ੍ਰਸ਼ਾਸਨ ਨੇ ਆਉਣਾ, ਸਾਰੀਆਂ ਗੱਲਾਂ ਕਰਨੀਆਂ, ਬਾਅਦ ਚ ਫਿਰ ਉਹੀ ਹਾਲ। ਬਿਲਕੁਲ ਜੀ, ਸਪੀਡ ਬ੍ਰੇਕਰ ਬਣਾਇਆ ਗਿਆ ਜੀ, ਕਿਤੇ ਕੀਤੇ ਗਿਆ, ਹੁਣ ਕੁਛ ਨੀ ਹੈਗਾ। ਸਭ ਮੇਰਾ ਨਾਮ ਸ਼ਾਮ ਲਾਲ ਹੈ, ਸਿਰਹਾਣ ਵਾਲਾ ਮੁੰਡਾ ਮੇਰਾ ਭਤੀਜਾ, ਔਰ ਅੰਦਰ ਬੈਠ ਰਹੇ ਕਾਫੀ ਦੁਨੀਆਂ ਸਾਈਡ ਦੇ ਜੀ, ਕੁਛ ਕਰਕੇ ਉੱਥੇ ਜਿੱਥੇ ਵੜਿਆ ਉੱਥੇ ਕਾਊਂਟਰ ਲੱਗ ਰਿਹਾ, ਗੈਸ ਸਿਲੰਡਰ ਹੈ ਜਾਂ ਫਿਰ ਗੈਸ ਸਿਲੰਡਰ ਤਾਰ ਜਾਂਦੇ ਉਦੋਂ ਕਿਆ ਹੁੰਦਾ, ਹਾਂ ਚੌਂਕ ਇਸ ਵੇਲੇ ਹਰ ਵੇਲੇ ਇੱਥੇ 24 ਘੰਟੇ ਰਸ਼ ਰਹਿੰਦਾ ਹੈ, ਆਓ ਜਾਈ ਲੋਕਾਂ ਦੀ ਬਹੁਤ ਆਉਂਦੀ ਹੈ, ਇੱਥੇ ਪ੍ਰਸ਼ਾਸਨ ਨੂੰ ਕੁਛ ਨਾ ਕੁਛ ਕੋਈ ਇੰਤਜ਼ਾਮ ਕਰਨਾ ਚਾਹੀਦਾ, ਬਾਕੀ ਦੇਖਿਆ ਜਾਵੇ ਔਰ ਅੰਦਰੋਂ ਲੋਕ ਸ਼ਰਾਬ ਦੀ ਖਾਲੀ ਮਿਲੀ ਹੈ, ਦੁਕਾਨਦਾਰ ਡਰਾਈਵਰ ਦੇਖਿਆ ਨੀ, ਦੂਜੇ ਲੇਕਿਨ ਅੰਦਰ ਬਹੁਤ ਖਾਲੀ ਮਿਲੀ ਹੈ, ਟਰੱਕ ਵਿੱਚ ਬਹੁਤ ਮਿਲੀ ਹੈ, ਦੂਜੀ ਗੱਡੀ ਉਹਦੇ ਡਰਾਈਵਰ ਦੇ ਸੱਟਾਂ ਲੱਗੀਆਂ, ਲੇਕਿਨ ਬਚਾਅ ਹੋ ਗਿਆ 2000 ਰੁਪਏ ਵਿੱਚ ਬਚਾਅ ਦੇ ਸੱਟਾਂ ਲੱਗ ਗਈਆਂ ਜੀ। ਅਸੀਂ ਗਸ਼ਤ ਦੀ ਡਿਊਟੀ ਕਰ ਰਹੇ ਸੀਗੇ, ਸੜਕ ਸੁਰੱਖਿਆ ਫੋਰਸ ਦੀ, ਮਲਕਪੁਰ ਤੋਂ ਮਾਧੋਪੁਰ ਰੋਡ, ਮਾਧੋਪੁਰ ਤੋਂ ਆ ਰਹੇ ਸੀਗੇ ਅਸੀਂ ਮਲਕਪੁਰ ਸਾਈਡ ਗਸ਼ਤ ਦੇ ਦੌਰਾਨ, ਤੇ ਸਾਡੇ ਸਾਹਮਣੇ ਸਾਹਮਣੇ ਟਰੱਕ ਓਵਰ ਸਪੀਡ ਸੀਗਾ ਆ ਰਿਹਾ, ਓਵਰ ਸਪੀਡਿੰਗ ਕਰ ਰਹੇ ਥੇ, ਜੋ ਪੁਲਿਸ ਨੇ ਪੱਕੇ ਨਾਕੇ ਲਾਏ ਰਹੇ ਹੈ, ਉੱਥੇ ਆਪਣੀ ਸਪੀਡ ਘੱਟ ਨਹੀਂ ਕਰਦੇ ਹੋਏ ਉਹ ਬਚਾਉਣ ਦੇ ਲਈ ਨਾਕਿਆਂ ਤੋਂ ਲੈਫਟ ਸਾਈਡ ਨੂੰ ਮੁੜ ਗਿਆ ਤੇ ਦੂਸਰੀ ਰੋਡ ਦੀ ਸਾਈਡ ਆ ਗਿਆ, ਦੂਸਰੀ ਸਾਈਡ ਰੋਡ ਦੇ ਕਠੂਏ ਜਾ ਰਿਹਾ ਸੀਗਾ ਬੇਟਾ ਆਪਣੀ ਮੰਮੀ ਨਾਲ, ਉਹਦੀ ਗੱਡੀ ਨੂੰ ਵੀ ਦੁਰਘਟਨਾਗ੍ਰਸਤ ਕੀਤਾ ਤੇ ਇੱਥੇ ਹਲਵਾਈ ਦੁਕਾਨ ਦੇ ਅੰਦਰ ਉਹ ਵੜ ਗਿਆ, ਮੌਕੇ ਤੇ ਫਿਰ ਫਸਟ ਏਡ ਦਿੱਤੀ ਉਹਨਾਂ ਨੂੰ, SKR ਹੋਸਪਿਟਲ ਮਲਕਪੁਰ ਪਹੁੰਚਾਇਆ ਤੇ 3 ਜ਼ਖਮੀ ਨੇ ਟੋਟਲ, ਪਰ ਤਿੰਨੋਂ ਸੇਫ ਨੇ, ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ। ਆਪਾਂ ਗਸ਼ਤ ਕਰ ਰਹੇ ਸੀਗੇ, ਸਾਡਾ ਹੋਲਡਿੰਗ ਪੁਆਇੰਟ ਹੈ ਜੀ ਪੁਲ ਨੰਬਰ 4, ਤੇ ਪੁਲ ਨੰਬਰ 4 ਤੇ ਸੀਗੇ SKR ਹਸਪਤਾਲ ਮਲਕਪੁਰ ਚੌਂਕ। ਕੰਡੀਸ਼ਨ ਠੀਕ ਹੈ ਵੈਸੇ, ਇੱਕ ਤੇ ਬੇਸੁੱਧ ਹੈ, ਦੋ ਠੀਕ ਨੇ। ਇੱਕ I-20 ਹੈ, ਇੱਕ ਟਰੱਕ ਹੈ, ਟਰੱਕ ਆ ਰਿਹਾ ਸੀਗਾ ਜੰਮੂ ਤੋਂ, ਓਵਰ ਸਪੀਡ ਸੀ। ਕੈਮਰਾ ਪਰਸਨ ਹਨੀ ਦੇ ਨਾਲ ਅਜੇ ਸੈਨੀ ਦੀ ਰਿਪੋਰਟ।